ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਵੀਂ ਕਹਾਣੀ ਦੇ ਨਾਲ ਹਾਜ਼ਰ ਹਾਂ ਅਤੇ ਉਮੀਦ ਹੈ ਤੁਹਾਨੂੰ ਪਸੰਦ ਵੀ ਜ਼ਰੂਰ ਆਵੇਗੀ। ਹੈਲੋ, ਨਮਸਤੇ ਸ਼ਰਮਾ ਜੀ, ਅਰੁਣਾ ਬੋਲ ਰਹੀ ਹਾਂ। ਕੱਲ੍ਹ ਦੇ ਪ੍ਰੋਗਰਾਮ ਵਿੱਚ ਤੁਸੀਂ ਜ਼ਰੂਰ ਆਉਣਾ, ਬਸ ਇਹੀ ਯਾਦ ਕਰਵਾਉਣ ਲਈ ਫੋਨ ਕੀਤਾ ਸੀ। ਤਾਂ ਕੱਲ੍ਹ ਮੁਲਾਕਾਤ ਹੋਵੇਗੀ। ਨਮਸਤੇ, ਫੋਨ ਰੱਖਦੇ ਹੀ ਉਸਨੇ ਕਿਹਾ। 12 ਤੋਂ ਬਾਅਦ ਵੀ ਮੈਂ ਸਭ ਨੂੰ ਕੱਲ੍ਹ ਆਉਣ ਦਾ ਰਿਮਾਈਂਡਰ ਦੇ ਦਿੱਤਾ। ਮੈਨੂੰ ਨਹੀਂ ਲੱਗਦਾ ਕਿ ਕੋਈ ਬਾਕੀ ਬਚਿਆ ਹੋਵੇਗਾ। ਇੱਕ ਵਾਰ ਲਿਸਟ ਦੇਖ ਕੇ ਤੂੰ ਵੀ ਤਸੱਲੀ ਕਰ ਲੈ। ਨਹੀਂ, ਕੋਈ ਨਹੀਂ ਬਚਿਆ, ਸਭ ਨੂੰ ਸੱਦਾ ਪੱਤਰ ਦੇ ਦਿੱਤੇ ਗਏ ਹਨ। ਪਤੀ ਅਤੇ ਬੇਟੇ ਨੂੰ ਤਾਂ ਮੈਂ ਖੁਦ ਹੀ ਫੋਨ ਕਰ ਦਿੱਤਾ, ਰਮਾ ਦੇਵੀ ਨੇ ਜਵਾਬ ਦਿੱਤਾ। ਪੂਰੇ ਸ਼ਹਿਰ ਵਿੱਚ ਚਰਚਾ ਗਰਮ ਸੀ ਕਿ ਰਮਾ ਦੇਵੀ ਇੱਕ ਬਹੁਤ ਵੱਡਾ ਆਯੋਜਨ ਕਰ ਰਹੀ ਹੈ। ਇੱਕ ਵੱਡੇ ਪਾਰਕ ਵਿੱਚ ਪ੍ਰੋਗਰਾਮ ਰੱਖਿਆ, ਹੋਰ ਤਾਂ ਹੋਰ ਪੂਰੇ ਸ਼ਹਿਰ ਨੂੰ ਇਸ ਵਿੱਚ ਬੁਲਾਇਆ ਗਿਆ। ਕਿਸ ਕਾਰਨ ਕਰਕੇ ਇਹ ਪ੍ਰੋਗਰਾਮ ਹੋ ਰਿਹਾ ਇਹ ਕੋਈ ਨਹੀਂ ਜਾਣਦਾ। ਖਾਸ ਗੱਲ ਤਾਂ ਇਹ ਸੀ ਕਿ ਉਹ ਪਿੱਤਰ ਪੱਖ ਵਿੱਚ ਯਾਨੀ ਕਿ ਸ਼ਰਾਧ ਦਾ ਇੰਨਾ ਵੱਡਾ ਪ੍ਰੋਗਰਾਮ ਕਰ ਰਹੀ ਹੈ। ਵੈਸੇ ਤਾਂ ਇਹਨਾਂ ਦਿਨਾਂ ਵਿੱਚ ਕੁਝ ਕਰਨਾ ਪਰੰਪਰਾ ਤੋਂ ਪਰੇ ਹੈ, ਪਰ 62 ਸਾਲਾਂ ਰਮਾ ਦੇਵੀ ਜੋ ਸ਼ਹਿਰ ਦੀ ਇੱਕ ਜਾਣੀ ਪਹਿਚਾਣੀ ਸਮਾਜ ਸੇਵਕ ਹੈ ਅਤੇ ਸਭ ਲੋਕ ਜਿਸ ਨੂੰ ਮਮਤਾਮਈ ਮਾਂ ਦੇ ਨਾਲ ਪੁਕਾਰਦੇ ਹਨ, ਜਿਸ ਨੇ ਆਪਣੇ ਜੀਵਨ ਕਾਲ ਵਿੱਚ ਪਤਾ ਹੀ ਨਹੀਂ ਕਿੰਨੇ ਅਨਾਥ ਬੱਚਿਆਂ ਅਤੇ ਔਰਤਾਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ, ਉਸ ਦੇ ਲਈ ਤਾਂ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਤਾਂ ਫਿਰ ਦਿਨ ਜਾਂ ਮਹੀਨਿਆਂ ਦਾ ਕੀ ਮਹੱਤਵ? ਕੋਈ ਕਹਿੰਦਾ ਰਮਾ ਦੇਵੀ ਕੋਈ ਧਾਰਮਿਕ ਪ੍ਰੋਗਰਾਮ ਕਰ ਰਹੀ ਹੈ, ਤਾਂ ਕੋਈ ਕਹਿੰਦਾ ਸ਼ਾਇਦ ਕੋਈ ਨਵਾਂ ਸਕੂਲ ਜਾਂ ਅਨਾਥ ਆਸ਼ਰਮ ਜਾਂ ਬਾਲ ਆਸ਼ਰਮ ਬਣ ਰਿਹਾ ਹੋਵੇਗਾ। ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਛੋਟੇ ਵੱਡੇ ਬੱਚੇ, ਬਜ਼ੁਰਗ, ਮਰਦ, ਔਰਤਾਂ ਸਾਰਿਆਂ ਨੂੰ ਰਮਾ ਦੇਵੀ ਨੇ ਸੱਦਾ ਦਿੱਤਾ ਸੀ। ਦੁਪਹਿਰ 2 ਵਜੇ ਤੋਂ ਦੇਰ ਰਾਤ ਤੱਕ ਭੋਜਨ ਦੀ ਵਿਵਸਥਾ ਵੀ ਕੀਤੀ ਗਈ ਸੀ। ਆਖਰ ਹੈ ਕੀ? ਚਲੋ ਚੱਲ ਕੇ ਪਤਾ ਕਰਦੇ ਹਾਂ। ਵੈਸੇ ਵੀ ਮਾਤਾ ਜੀ ਨੇ ਬੁਲਾਇਆ ਤਾਂ ਜਾਣਾ ਹੀ ਪਵੇਗਾ। ਅਰੁਣਾ ਪਿਛਲੇ 5 ਦਿਨਾਂ ਤੋਂ ਰਮਾ ਦੇਵੀ ਦੀ ਮਦਦ ਕਰ ਰਹੀ ਹੈ। ਉਹ ਰਮਾ ਦੇਵੀ ਦੀ ਬਚਪਨ ਦੀ ਸਹੇਲੀ ਹੈ। ਸਕੂਲੀ ਦਿਨਾਂ ਦੀ ਮਿੱਤਰਤਾ ਅੱਜ ਤੱਕ ਕਾਇਮ ਹੈ ਦੋਨਾਂ ਦੇ ਵਿਚਕਾਰ। ਤਾਂ ਹੀ ਤਾਂ ਆਪਣੇ ਸਾਰੇ ਕੰਮਕਾਰ ਛੱਡ ਕੇ ਉਹ ਆਪਣੀ ਸਹੇਲੀ ਦੇ ਕੰਮਾਂ ਵਿੱਚ ਪਰਿਵਾਰ ਸਮੇਤ ਲੱਗੀ ਹੋਈ ਹੈ। ਰਮਾ, ਕਾਫੀ ਰਾਤ ਹੋ ਗਈ ਹੈ, ਹੁਣ ਮੈਂ ਚੱਲਦੀ ਹਾਂ। ਹਫ਼ਤੇ ਭਰ ਦੀ ਪਰੇਡ ਦਾ ਕੱਲ੍ਹ ਚੰਗੀ ਤਰ੍ਹਾਂ ਸਮਾਪਨ ਹੋ ਜਾਵੇ ਤਾਂ ਮੇਰੇ ਮਨ ਨੂੰ ਚੈਨ ਮਿਲੇ। ਤੂੰ ਵੀ ਥੋੜ੍ਹੀ ਦੇਰ ਆਰਾਮ ਕਰ ਲੈ, ਕੱਲ੍ਹ ਤਾਂ ਸਾਰਾ ਦਿਨ ਬਹੁਤ ਬਿਜ਼ੀ ਰਹੇਂਗੀ। ਅੱਜ ਵੀ ਟੈਂਟ ਦਾ ਪ੍ਰਬੰਧ ਦੇਖਣ ਗਏ ਹੋਏ ਹਨ ਇਹ। ਕੱਲ੍ਹ ਸਵੇਰੇ ਜਲਦੀ ਪ੍ਰੋਗਰਾਮ ਵਾਲੇ ਥਾਂ 'ਤੇ ਪਹੁੰਚ ਕੇ ਭੋਜਨ ਦੀ ਵੀ ਵਿਵਸਥਾ ਸੰਭਾਲ ਲੈਣਗੇ। ਨੀਰਜ ਅਤੇ ਸੁਨੰਦਾ ਮਹਿਮਾਨਾਂ ਦਾ ਸਵਾਗਤ ਕਰਨ ਦੇ ਲਈ ਮੇਨ ਗੇਟ 'ਤੇ ਮੌਜੂਦ ਰਹਿਣਗੇ। ਕੱਲ੍ਹ ਠੀਕ 7 ਵਜੇ ਮੈਂ ਆ ਜਾਵਾਂਗੀ। ਇਹਨਾਂ ਕਹਿ ਕੇ ਅਰੁਣਾ ਚਲੀ ਗਈ। ਧੀਮੇ ਕਦਮਾਂ ਨਾਲ ਜਾ ਕੇ ਜਿਵੇਂ ਕਿਵੇਂ ਰਮਾ ਦੇਵੀ ਨੇ ਦਰਵਾਜ਼ਾ ਬੰਦ ਕੀਤਾ ਅਤੇ ਡਰਾਇੰਗ ਰੂਮ ਦੇ ਵਿੱਚ ਵਿਛੇ ਕਾਰਪੈਟ 'ਤੇ ਹੀ ਲੇਟ ਗਈ। ਅੱਖਾਂ ਵਿੱਚੋਂ ਨੀਂਦ ਕੋਹਾਂ ਦੂਰ ਸੀ। ਬੀਤੇ ਦਿਨਾਂ ਦੀਆਂ ਯਾਦਾਂ ਮਨ ਵਿੱਚ ਹਲੋਰੇ ਲੈਣ ਲੱਗੀਆਂ। ਵਰ੍ਹਿਆਂ ਪੁਰਾਣੀਆਂ ਯਾਦਾਂ ਫਿਰ ਤੋਂ ਸਾਹ ਲੈਣ ਲੱਗੀਆਂ। ਰਮਾ, ਉਹ ਰਮਾ ਬਈ ਸੁਣਦੀ ਹਾਂ, ਚੱਲ ਜਰਾ ਮਾਂ ਦੇ ਨਾਲ ਆਟਾ ਤਾਂ ਪਿਸਵਾ ਦੇ। ਮਾਂ ਆਪਣੀ ਲਾਡਲੀ ਨੂੰ 1000 ਆਵਾਜ਼ਾਂ ਲਗਾਉਂਦੀ ਪਰ ਉਸਦੇ ਕੰਨਾਂ 'ਤੇ ਜੂ ਨਾ ਸਰਕਦੀ। ਉਹ ਤਾਂ ਕਦੇ ਲੁਕਾ ਛਿੱਪੀ ਖੇਡਣ ਵਿੱਚ ਮਸਤ ਰਹਿੰਦੀ ਅਤੇ ਕਦੇ ਗੁੱਡੀਆਂ ਦਾ ਵਿਆਹ ਰਚਾਉਣ ਵਿੱਚ। ਮਾਂ ਪਹਿਲਾਂ ਤਾਂ ਗੁੱਸਾ ਕਰਦੀ ਪਰ ਬਾਅਦ ਵਿੱਚ ਸੋਚਦੀ ਲਾਡੋ ਕਿੰਨੇ ਕੁ ਦਿਨ ਹੋਰ ਰਹੇਗੀ, ਇਸ ਲਈ ਜਦੋਂ ਤੱਕ ਘਰ ਵਿੱਚ ਹੈ ਹੱਸਣ ਖੇਡਣ ਦੇ, ਬਾਅਦ ਵਿੱਚ ਤਾਂ ਘਰ ਗ੍ਰਹਿਸਤੀ
ਤੇ ਚੁੱਲ੍ਹੇ ਚੌਂਕੇ ਵਿੱਚ ਹੀ ਫਸੇ ਰਹਿਣਾ ਇਸਨੇ। ਇੱਕ ਦਿਨ ਉਹ ਵੀ ਆ ਗਿਆ ਜਦੋਂ ਰਮਾ ਦਾ ਵਿਆਹ ਪੱਕਾ ਹੋ ਗਿਆ। ਖੁਸ਼ਹਾਲ ਪਰਿਵਾਰ ਸੀ, ਉਹਨਾਂ ਦਾ ਇਕਲੌਤਾ ਪੁੱਤਰ ਸੀ ਸ਼ਸ਼ੀ ਭੂਸ਼ਣ। ਉਸਦਾ ਖੁਦ ਦਾ ਬਿਜ਼ਨਸ ਸੀ ਅਤੇ ਮਕਾਨ ਵੀ। ਰਮਾ ਤੋਂ 10 ਸਾਲ ਵੱਡਾ ਸੀ ਪਰ ਘਰ ਬਾਰ ਚੰਗਾ ਸੀ, ਤਾਂ ਉਮਰ ਨਾਲ ਕੀ ਫਰਕ ਪੈਂਦਾ? ਇਹੀ ਸੋਚ ਕੇ ਰਮਾ ਦੇ ਬਾਪ ਨੇ ਹਾਂ ਕਰ ਦਿੱਤੀ। ਰਮਾ ਦੀ ਗੋਦ ਭਰਾਈ 'ਤੇ ਵੀ ਮਹਿੰਗੇ ਮਹਿੰਗੇ ਜ਼ਰੀ ਦੇ ਕੱਪੜੇ ਅਤੇ ਪਾਰੇ ਪਾਰੇ ਸੋਨੇ ਦੇ ਗਹਿਣੇ ਦਿੱਤੇ ਗਏ ਉਸਦੀ ਹੋਣ ਵਾਲੀ ਸੱਸ ਵੱਲੋਂ। ਜਿਸ ਨੂੰ ਦੇਖ ਕੇ 17 ਸਾਲ ਦੀ ਰਮਾ ਤਾਂ ਖੁਸ਼ੀ ਨਾਲ ਫੁੱਲੀ ਨਾ ਸਮਾਈ। ਸਾਰੇ ਮੁਹੱਲੇ ਦੀਆਂ ਔਰਤਾਂ ਨੇ ਦੇਖੇ ਸਨ ਉਸਦੇ ਗਹਿਣੇ ਅਤੇ ਕੱਪੜੇ। ਢੋਲਕੀ ਦੀ ਥਾਪ 'ਤੇ ਸਹੇਲੀਆਂ ਨੇ ਕੰਨਿਆਂ ਦੇ ਸੁਖੀ ਰਹਿਣ ਅਤੇ ਪਤੀ ਦਾ ਪਿਆਰ ਪਾਉਣ ਦੀਆਂ ਹਜ਼ਾਰਾਂ ਵਧਾਈਆਂ ਦਿੱਤੀਆਂ ਸਨ। ਅਰੁਣਾ ਵੀ ਤਾਂ ਜ਼ੋਰ ਸ਼ੋਰ ਨਾਲ ਨੱਚੀ ਸੀ ਆਪਣੀ ਪਿਆਰੀ ਸਹੇਲੀ ਦੇ ਵਿਆਹ ਵਿੱਚ। 7 ਫੇਰਿਆਂ ਦੇ ਬੰਧਨ ਵਿੱਚ ਵੱਜਦੇ ਹੀ ਪੇਕਿਆਂ ਤੋਂ ਨਾਤਾ ਟੁੱਟ ਗਿਆ। ਸਹੁਰਿਆਂ ਵਿੱਚ ਕਦਮ ਰੱਖਦੇ ਹੀ ਪਤੀ ਦੇ ਅਸਲੀ ਸੁਭਾਅ ਦੇ ਦਰਸ਼ਨ ਹੋ ਗਏ ਸਨ ਰਮਾ ਨੂੰ। ਸ਼ਸ਼ੀ ਭੂਸ਼ਣ ਬਹੁਤ ਹੀ ਕ੍ਰੋਧੀ ਅਤੇ ਰੰਗੀਨ ਮਿਜਾਜ਼ੀ ਇਨਸਾਨ ਸੀ। ਰਮਾ ਨੂੰ ਉਸਨੇ ਕਦੇ ਵੀ ਪਤਨੀ ਦਾ ਦਰਜਾ ਨਹੀਂ ਦਿੱਤਾ, ਬਸ ਆਪਣੀ ਵਾਸਨਾ ਦੀ ਪੂਰਤੀ ਕਰਨ ਦਾ ਇੱਕ ਸਾਧਨ ਮਾਤਰ ਸਮਝਿਆ। ਸੱਸ ਸਹੁਰਾ ਬਹੁਤ ਚੰਗੇ ਸੀ। ਰਮਾ ਨੂੰ ਆਸ ਸੀ ਕਿ ਇੱਕ ਦਿਨ ਪਤੀ ਸੁਧਰ ਜਾਵੇਗਾ। ਰਮਾ ਰਾਤ ਦਿਨ ਪਤੀ ਅਤੇ ਸੱਸ ਸਹੁਰੇ ਦੀ ਸੇਵਾ ਸੰਭਾਲ ਕਰਦੀ ਰਹਿੰਦੀ। ਕਦੇ ਕਿਸੇ ਕੰਮ ਨੂੰ ਕਰਨ ਵਿੱਚ ਜੇਕਰ ਪਲ ਭਰ ਦੀ ਦੇਰ ਵੀ ਹੋ ਜਾਂਦੀ ਤਾਂ ਸ਼ਸ਼ੀ ਭੂਸ਼ਣ ਉਸਦੇ ਹੱਥ ਚੱਕਣ ਲਈ ਦੇਰ ਨਾ ਕਰਦਾ। ਪਰ ਸੱਸ ਸਹੁਰੇ ਦੇ ਪਿਆਰ ਦੇ ਕਾਰਨ ਉਹ ਚੁੱਪ ਚਾਪ ਸਭ ਕੁਝ ਸਹਿਣ ਕਰਦੀ ਰਹੀ। ਪਤੀ ਸੇਵਾ ਸਭ ਤੋਂ ਉੱਤਮ ਧਰਮ ਹੈ ਵਿੱਚ ਵਿਸ਼ਵਾਸ ਕਰਨ ਵਾਲੀ ਰਮਾ ਪਤੀ ਦੀ ਦਾਸੀ ਬਣ ਕੇ ਹੀ ਰਹਿ ਗਈ। ਰਮਾ ਦੇ ਸ਼ਾਂਤ ਰਹਿਣ ਨਾਲ ਪਤੀ ਦੇ ਅੰਦਰ ਦਾ ਹੰਕਾਰ ਵੱਧਦਾ ਹੀ ਚੱਲਿਆ ਗਿਆ। ਉਹ ਗੱਲ ਗੱਲ 'ਤੇ ਰਮਾ ਨੂੰ ਗਵਾਰ, ਜਾਹਿਲ, ਅਨਪੜ੍ਹ ਵਰਗੇ ਸ਼ਬਦਾਂ ਨਾਲ ਸਭ ਦੇ ਸਾਹਮਣੇ ਹੀ ਨਿਵਾਜਦਾ। ਅੰਦਰ ਹੀ ਅੰਦਰ ਘੁੱਟਣ ਲੱਗੀ ਸੀ ਵਿਚਾਰੀ ਰਮਾ, ਪਰ ਆਪਣੇ ਮਨ ਦੀ ਪੀੜਾ ਕਿਸ ਨੂੰ ਕਹੇ। ਇੱਕ ਸਾਲ ਬਾਅਦ ਹੀ ਉਸਦੀ ਗੋਦ ਵਿੱਚ ਦਿਨੇਸ਼ ਆ ਗਿਆ। ਰਮਾ ਨੂੰ ਲੱਗਿਆ ਸ਼ਾਇਦ ਪੁੱਤਰ ਤੋਂ ਬਾਅਦ ਪਤੀ ਦੇ ਸੁਭਾਅ ਵਿੱਚ ਬਦਲਾਅ ਆ ਜਾਵੇ, ਪਰ ਇਹ ਸੋਚ ਵੀ ਉਸਦੀ ਵਿਅਰਥ ਹੀ ਗਈ। ਰਮਾ ਦੇ ਜੀਵਨ ਵਿੱਚ ਦੁੱਖਾਂ ਦੇ ਬੱਦਲ ਗਹਿਰੇ ਹੋਣ ਲੱਗੇ। ਜਦੋਂ ਤੱਕ ਸੱਸ ਸਹੁਰਾ ਜਿਉਂਦੇ ਸੀ ਰਮਾ ਆਪਣਾ ਦੁੱਖੜਾ ਉਹਨਾਂ ਅੱਗੇ ਰੋ ਲਿਆ ਕਰਦੀ ਸੀ, ਪਰ ਇੱਕ ਦਿਨ ਸੜਕ ਦੁਰਘਟਨਾ ਵਿੱਚ ਉਹ ਦੋਨੋਂ ਵੀ ਅਪਾਹਜ ਹੋ ਗਏ। ਉਸ ਤੋਂ ਬਾਅਦ ਤਾਂ ਰਮਾ ਦਾ ਜੀਵਨ ਜਿਵੇਂ ਨਰਕ ਬਣ ਗਿਆ, ਪਰ ਉਹ ਮਿੱਟੀ ਦੀ ਮਾਧੋ ਬਣ ਕੇ ਸਭ ਕੁਝ ਸਹਿਣ ਕਰਦੀ ਰਹੀ। ਕਦੇ ਉਸਨੇ ਪ੍ਰਤੀਕਿਰਿਆ ਨਹੀਂ ਦਿੱਤੀ। ਪਤੀ ਪਰਮੇਸ਼ਵਰ ਦਾ ਹੀ ਰੂਪ ਹੈ, ਮੇਰੀ ਕਿਸਮਤ ਵਿੱਚ ਸ਼ਾਇਦ ਇਹੀ ਲਿਖਿਆ ਸੀ, ਰਮਾ ਆਪਣੇ ਮਨ ਨੂੰ ਸਮਝਾਉਂਦੀ। ਪਰਮਾਤਮਾ ਦੇ ਪ੍ਰਤੀ ਉਸਦੀ ਆਸਥਾ ਦੀ ਡੋਰ ਮਜ਼ਬੂਤ ਹੁੰਦੀ ਜਾ ਰਹੀ ਸੀ। ਦਿਨੇਸ਼ ਤਾਂ ਉਸਦਾ ਆਪਣਾ ਹੀ ਖੂਨ ਹੈ, ਉਹ ਜ਼ਰੂਰ ਉਸਨੂੰ ਸਮਝੇਗਾ, ਆਪਣੀ ਮਾਂ ਦੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਖਤਮ ਕਰ ਦੇਵੇਗਾ। ਪੁੱਤਰ ਕਾਰਨ ਉਸਦੇ ਮਨ ਵਿੱਚ ਇੱਕ ਆਸ ਬੱਝ ਗਈ ਸੀ। ਸਮਾਂ ਬੀਤਦਾ ਜਾ ਰਿਹਾ ਸੀ, ਸਾਫ਼ ਦਿਲ ਰਮਾ ਦੇ ਦੁੱਖ ਘੱਟ ਹੋਣ ਦੀ ਬਜਾਏ ਹੋਰ ਵਧਣ ਲੱਗੇ। ਇਕਲੌਤੇ ਇਸ ਪੁੱਤਰ ਨੇ ਤਾਂ ਆਖਿਰ ਪਿਤਾ ਦੇ ਹੀ ਕੰਮਾਂ ਦਾ ਭਾਗੀਦਾਰ ਬਣਨਾ ਸੀ। ਕਮਜ਼ੋਰ ਕਾਇਆ ਵਾਲੀ ਮਾਂ ਤੋਂ ਉਸਨੂੰ ਮਿਲ ਹੀ ਕੀ ਸਕਦਾ ਸੀ? ਇਸ ਲਈ ਪਿਤਾ ਨੂੰ ਹੀ ਆਪਣਾ ਸਭ ਕੁਝ ਮੰਨਦਾ ਸੀ ਦਿਨੇਸ਼। ਰਮਾ ਨੂੰ ਜੋ ਘਰ ਕਿਲੇ ਦੇ ਵਾਂਗ ਮਜ਼ਬੂਤ ਲੱਗਦਾ ਹੁੰਦਾ ਸੀ, ਹੁਣ ਉਹ ਘਰ ਰੇਤ ਦੇ ਢੇਰ ਦੇ ਵਾਂਗ ਫਿਸਲਣ ਲੱਗਾ ਸੀ। ਉਸਦੇ ਹੁਣ ਛਲ ਕਪਟ ਨਾਲ ਪਰਿਵਾਰ ਹੋਣ ਲੱਗੇ ਸਨ। ਅੰਗਰੇਜ਼ੀ ਸਕੂਲ ਦੀ ਮਹਿੰਗੀ ਸਿੱਖਿਆ
ਤੇ ਐਸ਼ੋ ਆਰਾਮ ਦੇ ਮਹਿੰਗੇ ਸਾਧਨਾਂ ਨੇ ਦਿਨੇਸ਼ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਆਪਣੇ ਪਿਤਾ ਦੇ ਵਾਂਗ ਉਹ ਵੀ ਬਾਹਰੀ ਚਕਾਚੌਂਦ ਵਿੱਚ ਅੰਨਾ ਹੋ ਗਿਆ। ਬੇਵੱਸ ਔਰਤ ਹੰਕਾਰੀ ਮਰਦਾਂ ਤੋਂ ਹਾਰਨ ਲੱਗੀ। ਪਰਾਈਆਂ ਔਰਤਾਂ ਦੇ ਵਿੱਚ ਸੁੱਖ ਤਲਾਸ਼ਦਾ ਸ਼ਸ਼ੀ ਭੂਸ਼ਣ ਇੱਕ ਦਿਨ ਉਸ ਤੋਂ ਦਾਸੀ ਦੀ ਥਾਂ ਵੀ ਖੋਹ ਲਵੇਗਾ। ਇਸ ਦੀ ਕਲਪਨਾ ਤਾਂ ਰਮਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਕੀਤੀ। ਇੱਕ ਦਿਨ ਸ਼ਸ਼ੀ ਭੂਸ਼ਣ ਜਦੋਂ ਘਰ ਆਇਆ ਤਾਂ ਨਾਲ ਹੀ ਤਨ 'ਤੇ ਨਾ ਮਾਤਰ ਜਿਹੇ ਕੱਪੜੇ ਪਹਿਨੀ ਹੋਈ ਇੱਕ ਕੰਨਿਆ ਨੂੰ ਲੈ ਆਇਆ, ਜਿਸ ਨੂੰ ਦੇਖਦੇ ਹੀ ਰਮਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਰੋਣ ਤੋਂ ਸਿਵਾਏ ਕੁਝ ਸੁੱਝਦਾ ਹੀ ਨਹੀਂ ਸੀ। ਦਿਨੇਸ਼ ਉਸਦੀ ਆਪਣੀ ਕੁੱਖੋਂ ਜਾਇਆ ਵੀ ਉਸਦਾ ਆਪਣਾ ਨਹੀਂ ਸੀ। ਪਿਤਾ ਦੇ ਨਾਲ ਨਾਲ ਉਹ ਵੀ ਉਸ ਔਰਤ ਦੇ ਨਾਲ ਹੱਸ ਹੱਸ ਕੇ ਗੱਲਾਂ ਕਰਦਾ ਅਤੇ ਮਾਂ ਨੂੰ ਤਾਨੇ ਦਿੰਦਾ। ਆਪਣੇ ਕਮਰੇ ਵਿੱਚ ਜਾ ਕੇ ਉਹ ਈਸ਼ਵਰ ਦੇ ਸਾਹਮਣੇ ਚੀਕ ਉੱਠਦੀ, ਹੇ ਪਰਮਾਤਮਾ, ਹੇ ਵਿਧਾਤਾ, ਤੂੰ ਇੰਨਾ ਕਠੋਰ ਨਾ ਬਣ। ਮੇਰੀ ਇੰਨੀ ਪ੍ਰੀਖਿਆ ਤਾਂ ਨਾਲ ਹੈ ਕਿ ਮੈਂ ਆਪਣੇ ਪ੍ਰਾਣ ਹੀ ਤੇਰੇ ਚਰਨਾਂ ਵਿੱਚ ਤਿਆਗ ਦੇਵਾਂ। ਇੱਕ ਪੁੱਤਰ ਦਾ ਸਹਾਰਾ ਬਚਿਆ ਸੀ, ਉਹ ਵੀ ਹੁਣ ਗਵਾ ਚੁੱਕੀ ਹਾਂ। ਜਗਤ ਪਿਤਾ ਸਭ ਦਾ ਪਾਲਣਹਾਰ ਹੈ, ਮੇਰੀਆਂ ਵੀ ਪਰੇਸ਼ਾਨੀਆਂ ਅਤੇ ਦੁੱਖਾਂ ਦਾ ਨਿਪਟਾਰਾ ਕਰਦੇ। ਜਦੋਂ ਘਰ ਵਿੱਚ ਪਤੀ ਅਤੇ ਪੁੱਤਰ ਦੇ ਤਾਨੇ ਦਿਲ ਨੂੰ ਤਾਰ ਤਾਰ ਕਰ ਦਿੰਦੇ ਤਾਂ ਰਮਾ ਮੰਦਰ ਚਲੀ ਜਾਂਦੀ। ਇੱਕ ਦਿਨ ਜਦੋਂ ਉਹ ਮੰਦਰ ਗਈ ਤਾਂ ਉੱਥੇ ਉਸਨੂੰ ਆਪਣੀ ਪਿਆਰੀ ਸਹੇਲੀ ਅਰੁਣਾ ਮਿਲ ਗਈ। ਅਰੁਣਾ ਨੇ ਜਦੋਂ ਆਪਣੀ ਸਹੇਲੀ ਦੀ ਹਾਲਤ ਦੇਖੀ ਤਾਂ ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। 37 ਸਾਲਾਂ ਦੀ ਰਮਾ ਦੁੱਖਾਂ ਅਤੇ ਕਸ਼ਟਾਂ ਨੂੰ ਸਹਿੰਦੇ ਸਹਿੰਦੇ 50 ਸਾਲ ਦੀ ਲੱਗਣ ਲੱਗੀ ਸੀ। ਰਮਾ ਦਾ ਹੱਥ ਫੜ ਕੇ ਅਰੁਣਾ ਉਸਨੂੰ ਆਪਣੇ ਘਰ ਲੈ ਆਈ। ਘਰ ਵਿੱਚ ਉਸਦੇ ਪਤੀ ਅਜੇ, ਉਸਦੀ ਸੱਸ ਸ਼ਾਰਦਾ ਦੇਵੀ, ਪੁੱਤਰ ਨੀਰਜ ਅਤੇ ਧੀ ਸਨ। ਬੱਚੇ ਆਪਣੀ ਰਮਾ ਮਾਸੀ ਨੂੰ ਦੇਖ ਕੇ ਬਹੁਤ ਖੁਸ਼ ਹੋਏ, ਕਿਉਂਕਿ ਉਹਨਾਂ ਦੀ ਮਾਂ ਅਕਸਰ ਰਮਾ ਦੇ ਬਾਰੇ ਵਿੱਚ ਗੱਲਾਂ ਕਰਿਆ ਕਰਦੀ ਸੀ। ਸ਼ਾਰਦਾ ਦੇਵੀ ਵੀ ਬਹੁਤ ਹੀ ਚੰਗੇ ਸੁਭਾਅ ਦੀ ਔਰਤ ਸੀ। ਉਸਨੇ ਰਮਾ ਨੂੰ ਆਪਣੀ ਧੀ ਬਣਾ ਲਿਆ। ਅਜੇ ਇੱਕ ਨਿੱਜੀ ਕੰਪਨੀ ਵਿੱਚ ਮੈਨੇਜਰ ਸੀ ਅਤੇ ਅਰੁਣਾ ਟੀਚਰ ਸੀ। ਅਰੁਣਾ ਨੇ ਰਮਾ ਨੂੰ ਦੱਸਿਆ ਕਿ ਉਸਦਾ ਵਿਆਹ ਹੋਣ ਦੇ 1 ਸਾਲ ਬਾਅਦ ਉਸਦਾ ਵੀ ਵਿਆਹ ਹੋ ਗਿਆ ਸੀ। ਉਸ ਸਮੇਂ ਉਸਨੇ ਰਮਾ ਨੂੰ ਵਿਆਹ ਵਿੱਚ ਆਉਣ ਦੇ ਲਈ 3-4 ਵਾਰ ਖੱਤ ਵੀ ਲਿਖੇ ਸਨ। ਵਿਆਹ ਦੇ ਦਿਨ ਤੱਕ ਉਸਨੇ ਆਪਣੀ ਸਹੇਲੀ ਦੇ ਆਉਣ ਦੀ ਉਮੀਦ ਲਗਾਈ ਰੱਖੀ, ਪਰ ਸਭ ਵਿਅਰਥ। ਰਮਾ ਕਿਸ ਤਰ੍ਹਾਂ ਦੱਸਦੀ ਕਿ ਜਦੋਂ ਉਸਨੇ ਅਰੁਣਾ ਦੇ ਵਿਆਹ ਵਿੱਚ ਜਾਣ ਦੀ ਆਗਿਆ ਸ਼ਸ਼ੀ ਭੂਸ਼ਣ ਤੋਂ ਮੰਗੀ ਸੀ ਤਾਂ ਉਸਨੂੰ ਕਿੰਨੀਆਂ ਗਾਲਾਂ ਅਤੇ ਉਸਨੂੰ ਕਿੰਨੀ ਕੁੱਟ ਖਾਣੀ ਪਈ ਸੀ। ਵਿਆਹ ਤੋਂ ਬਾਅਦ ਅਰੁਣਾ ਨੇ ਪੜ੍ਹਾਈ ਜਾਰੀ ਰੱਖੀ। ਇਸ ਵਿੱਚ ਸ਼ਾਰਦਾ ਦੇਵੀ ਨੇ ਉਸਦੀ ਬਹੁਤ ਸਹਾਇਤਾ ਕੀਤੀ, ਜਿਸ ਦੇ ਕਾਰਨ ਅੱਜ ਉਹ ਸਕੂਲ ਵਿੱਚ ਟੀਚਰ ਹੈ। ਇੱਧਰ ਉੱਧਰ ਦੀਆਂ ਗੱਲਾਂ ਕਰਕੇ ਰਮਾ ਘਰ ਵਾਪਸ ਆਉਣ ਲੱਗੀ ਤਾਂ ਅਰੁਣਾ ਖੁਦ ਉਸਨੂੰ ਸਕੂਟਰ 'ਤੇ ਛੱਡਣ ਆਈ। ਰਮਾ ਦੇ ਪਤੀ ਅਤੇ ਪੁੱਤਰ ਦੇ ਰੰਗ ਢੰਗ ਨੂੰ ਦੇਖ ਉਹ ਸਾਰਾ ਮਾਜਰਾ ਸਮਝ ਗਈ। ਇੱਕ ਦਿਨ ਸ਼ਸ਼ੀ ਭੂਸ਼ਣ ਨੇ ਆਪਣੀ ਮਾਡਰਨ ਪ੍ਰੇਮਿਕਾ ਦੇ ਕਹਿਣ 'ਤੇ ਰਮਾ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਜਿਵੇਂ ਉਹ ਘਰ ਦਾ ਕਚਰਾ ਹੋਵੇ। ਰਮਾ ਨੇ ਬਹੁਤ ਮਿੰਨਤਾਂ ਤਰਲੇ ਕੱਢੀ ਕਿ ਉਸਨੂੰ ਇੱਕ ਕੋਨੇ ਵਿੱਚ ਪਿਆ ਰਹਿਣ ਦਿਓ, ਪਰ ਉਸਦੀਆਂ ਗੱਲਾਂ ਦਾ ਉਸਦੇ ਪਤੀ 'ਤੇ ਕੋਈ ਅਸਰ ਨਾ ਹੋਇਆ। ਉਸ ਸਮੇਂ ਜਦੋਂ ਰਮਾ ਨੂੰ ਘੜੀਸਿਆ ਜਾ ਰਿਹਾ ਸੀ, ਦਿਨੇਸ਼ ਆਰਾਮ ਨਾਲ ਡਾਇਨਿੰਗ ਟੇਬਲ 'ਤੇ ਬੈਠਾ ਖਾਣੇ ਦਾ ਮਜ਼ਾ ਲੈ ਰਿਹਾ ਸੀ। ਉਸਨੇ ਇੱਕ ਵਾਰ ਵੀ ਮਾਂ ਵੱਲ ਨਹੀਂ ਦੇਖਿਆ। ਉਸਦਾ ਮੱਥਾ ਗੇਟ ਨਾਲ ਵੱਜਣ ਕਰਕੇ ਲਹੂ ਲੁਹਾਨ ਹੋ ਗਿਆ। ਮੈਲੇ ਕੁਚਾਲੇ ਉਸਦੇ ਕੱਪੜੇ 1-2 ਜਗ੍ਹਾ ਤੋਂ ਫਟ ਵੀ ਗਏ। ਉਸੇ ਹਾਲਤ ਵਿੱਚ ਉਹ ਅਰੁਣਾ ਦੇ ਘਰ ਪਹੁੰਚੀ।
ਉਸ ਦੀ ਦਸ਼ਾ ਦੇਖ ਕੇ ਸ਼ਾਰਦਾ ਦੇਵੀ ਘਬਰਾ ਗਈ। ਉਸਨੇ ਫੌਰਨ ਆਪਣੀ ਨੂੰਹ ਪੁੱਤ ਦੇ ਦਫ਼ਤਰ ਵਿੱਚ ਫੋਨ ਕੀਤਾ ਅਤੇ ਤੁਰੰਤ ਘਰ ਆਉਣ ਨੂੰ ਕਿਹਾ। ਅਰੁਣਾ ਅਤੇ ਅਜੇ ਉਸ ਸਮੇਂ ਘਰ ਆ ਗਏ। ਰਮਾ ਦੀ ਹਾਲਤ ਦੇਖ ਕੇ ਦੋਨਾਂ ਨੂੰ ਬਹੁਤ ਦੁੱਖ ਪਹੁੰਚਿਆ। ਅਜੇ ਨੇ ਡਾਕਟਰ ਨੂੰ ਬੁਲਾਇਆ ਅਤੇ ਰਮਾ ਦੀ ਮੱਲਮ ਪੱਟੀ ਕਰਵਾਈ। ਰੋਂਦੇ ਹੋਏ ਰਮਾ ਨੇ ਸਾਰੀ ਘਟਨਾ ਬਿਆਨ ਕੀਤੀ। ਅਰੁਣਾ ਅਤੇ ਅਜੇ ਨੇ ਪੁਲਿਸ ਵਿੱਚ ਸ਼ਿਕਾਇਤ ਕਰਨ ਨੂੰ ਕਿਹਾ ਤਾਂ ਰਮਾ ਨੇ ਪਰਮਾਤਮਾ 'ਤੇ ਸਭ ਛੱਡ ਦੇਣ ਦੀ ਗੱਲ ਕਹਿੰਦਿਆਂ ਮਨ੍ਹਾ ਕਰ ਦਿੱਤਾ। ਸ਼ਾਰਦਾ ਦੇਵੀ ਨੇ ਰਮਾ ਨੂੰ ਧੀ ਬਣਾ ਕੇ ਘਰ ਵਿੱਚ ਰੱਖ ਲਿਆ। ਰਮਾ ਬਹੁਤ ਹੀ ਖੁੱਦਾਰ ਸੀ। ਉਹ ਆਪਣਾ ਖਰਚਾ ਖੁਦ ਚੱਕਣਾ ਚਾਹੁੰਦੀ ਸੀ। ਹਾਲਾਂਕਿ ਰਮਾ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਉਹ ਘਰ ਦੇ ਕੰਮਾਂ ਵਿੱਚ ਬਹੁਤ ਕੁਸ਼ਲ ਸੀ। ਉਸ ਦੀ ਪ੍ਰਤਿਭਾ ਨੂੰ ਦੇਖ ਕੇ ਸ਼ਾਰਦਾ ਦੇਵੀ ਨੇ ਟਿਫਿਨ ਸਰਵਿਸ ਖੋਲ੍ਹਣ ਦਾ ਆਈਡੀਆ ਦਿੱਤਾ। ਅਜੇ ਅਤੇ ਅਰੁਣਾ ਨੇ ਆਰਡਰ ਦਿਵਾਉਣ ਵਿੱਚ ਮਦਦ ਕੀਤੀ ਤਾਂ ਨੀਰਜ ਅਤੇ ਸੁਨੰਦਾ ਨੇ ਕਲੋਨੀ ਵਿੱਚ ਪ੍ਰਚਾਰ ਕੀਤਾ। ਸ਼ਾਰਦਾ ਦੇਵੀ ਸਬਜ਼ੀ ਕੱਟਣ ਵਿੱਚ ਸਹਾਇਤਾ ਕਰ ਦਿੰਦੀ ਸੀ। ਹੌਲੀ ਹੌਲੀ ਕੰਮ ਵੱਧਦਾ ਹੀ ਚਲਾ ਗਿਆ। ਇੱਕ ਸਾਲ ਵਿੱਚ ਰਮਾ ਦੇ ਕੋਲ 200 ਲੋਕਾਂ ਦੇ ਟਿਫਨ ਦੇ ਆਰਡਰ ਆ ਚੁੱਕੇ ਸਨ। ਹੁਣ ਉਸ ਦੀ ਮਦਦ ਦੇ ਲਈ 3-4 ਜ਼ਰੂਰਤਮੰਦ ਔਰਤਾਂ ਨੂੰ ਰੱਖਿਆ ਗਿਆ। ਜਿਵੇਂ ਜਿਵੇਂ ਕੰਮ ਵੱਧਦਾ ਗਿਆ ਹੋਰ ਵੀ ਔਰਤਾਂ ਨੂੰ ਰੁਜ਼ਗਾਰ ਦਿੱਤਾ। ਰਮਾ ਨੇ 2 ਸਾਲ ਬਾਅਦ ਜਦੋਂ ਘਰ ਛੋਟਾ ਲੱਗਣ ਲੱਗਾ ਤਾਂ ਗੁਆਂਢ ਦੇ 2 ਕਮਰਿਆਂ ਵਿੱਚ ਕੰਮ ਨੂੰ ਸ਼ਿਫਟ ਕੀਤਾ। ਬੀਤੇ 3 ਸਾਲਾਂ ਵਿੱਚ ਇੱਕ ਵਾਰ ਵੀ ਨਾ ਤਾਂ ਉਹ ਪਤੀ ਅਤੇ ਪੁੱਤਰ ਨੂੰ ਮਿਲਣ ਗਈ ਅਤੇ ਨਾ ਹੀ ਕਦੇ ਉਹਨਾਂ ਦੋਨਾਂ ਨੇ ਉਸ ਦੀ ਕੋਈ ਖਬਰ ਸਾਰ ਲਈ। ਸ਼ਾਰਦਾ ਦੇਵੀ ਨੇ ਉਸ ਨੂੰ ਮਾਂ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਸੀ ਅਤੇ ਅਜੇ ਨੇ ਆਪਣੀ ਛੋਟੀ ਭੈਣ ਦੇ ਸਮਾਨ ਉਸ ਨੂੰ ਪਿਆਰ ਕੀਤਾ ਅਤੇ ਬੱਚੇ ਵੀ ਆਪਣੀ ਭੂਆ ਦੇ ਫੈਨ ਬਣ ਚੁੱਕੇ ਸਨ। ਦੀਦੀ ਤੋਂ ਕਦੋਂ ਰਮਾ ਅੰਮਾ ਜੀ ਬਣ ਗਈ ਉਸਨੂੰ ਪਤਾ ਹੀ ਨਹੀਂ ਲੱਗਿਆ। ਉਸਨੇ ਬਹੁਤ ਸਾਰੀਆਂ ਔਰਤਾਂ ਨੂੰ ਰੁਜ਼ਗਾਰ ਦਿੱਤਾ। ਅਰੁਣਾ ਇੱਕ ਭੈਣ ਅਤੇ ਸਹੇਲੀ ਹੋਣ ਦੇ ਨਾਂ 'ਤੇ ਉਸਦੀ ਮਾਰਗਦਰਸ਼ਕ ਬਣ ਗਈ ਸੀ। ਰਮਾ ਦੇ ਸਰਲ ਵਿਹਾਰ ਦੇ ਸਾਰੇ ਲੋਕ ਕਾਇਲ ਸਨ। ਜਦੋਂ ਵੀ ਕਿਸੇ ਨੂੰ ਉਸਦੀ ਸਹਾਇਤਾ ਦੀ ਜ਼ਰੂਰਤ ਹੁੰਦੀ ਤਾਂ ਉਹ ਝੱਟ ਅੱਗੇ ਵੱਧ ਕੇ ਉਸਦੀ ਮਦਦ ਕਰਦੀ। ਆਪਣੇ ਵਾਂਗ ਦੁਖੀ ਮਹਿਲਾਵਾਂ ਦੇ ਦੁੱਖ ਦਰਦ ਨੂੰ ਦੂਰ ਕਰਨ ਦੇ ਨਾਲ ਉਹ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਵੀ ਪੂਰੀ ਮਦਦ ਦਿੰਦੀ। 50 ਸਾਲ ਦੀ ਹੁੰਦੇ ਹੁੰਦੇ ਉਸਦਾ ਖੁਦ ਦਾ ਮਕਾਨ ਵੀ ਬਣ ਗਿਆ ਜਿਸ ਦਾ ਨਾਮ ਉਸਨੇ ਸ਼ਾਰਦਾ ਦੇਵੀ ਦੇ ਨਾਂ 'ਤੇ ਮਾਤਾ ਸ਼ਾਰਦਾ ਨਿਵਾਸ ਰੱਖਿਆ ਸੀ। ਜਿਸ ਤਰ੍ਹਾਂ ਸ਼ਾਰਦਾ ਦੇਵੀ ਇਨਸਾਨੀਅਤ ਦੇ ਧਰਮ ਨੂੰ ਮੰਨਦੀ ਸੀ ਉਸੇ ਤਰ੍ਹਾਂ ਰਮਾ ਵੀ ਮਾਨਵਤਾ ਦੇ ਧਰਮ ਨੂੰ ਹੀ ਸਭ ਤੋਂ ਉੱਪਰ ਸਮਝਦੀ ਸੀ। ਇਹੀ ਕਾਰਨ ਸੀ ਕਿ ਉਸਦੇ ਦਰਵਾਜ਼ੇ 'ਤੇ ਕੋਈ ਵੀ ਖਾਲੀ ਹੱਥ ਵਾਪਸ ਨਾ ਮੁੜਦਾ। ਲਾਵਾਰਿਸ ਬੱਚਿਆਂ ਦੇ ਰਹਿਣ ਅਤੇ ਪੜ੍ਹਾਈ ਦੇ ਲਈ ਉਸਨੇ ਅਰੁਣਾ ਦੀ ਮਦਦ ਨਾਲ ਇੱਕ ਬਾਲ ਘਰ ਦੀ ਸਥਾਪਨਾ ਕੀਤੀ ਜਿਸ ਵਿੱਚ ਅਨਾਥ ਬੱਚਿਆਂ ਨੂੰ ਆਸਰਾ ਦਿੱਤਾ ਗਿਆ। ਰਮਾ ਦਾ ਆਸ਼ੀਰਵਾਦ ਪਾ ਕੇ ਸਭ ਖੁਸ਼ੀ ਖੁਸ਼ੀ ਜਾਂਦੇ। ਰਮਾ ਨੇ ਦੂਜਿਆਂ ਦੇ ਜੀਵਨ ਵਿੱਚ ਰੰਗ ਭਰਨ ਦਾ ਕੰਮ ਸ਼ੁਰੂ ਕੀਤਾ ਜਿਸ ਨਾਲ ਉਸਦੀ ਦੁਨੀਆ ਵੀ ਸੁਨਹਿਰੀ ਰੰਗਾਂ ਨਾਲ ਭਰ ਗਈ। ਸੰਘਰਸ਼ ਅਤੇ ਦੁੱਖ ਦਾ ਕੋਈ ਧਰਮ ਕੋਈ ਮਜ਼ਹਬ ਨਹੀਂ ਹੁੰਦਾ ਕਿਉਂਕਿ ਉਹ ਸਾਂਝੇ ਹੁੰਦੇ ਹਨ। ਇੱਕ ਘੱਟ ਪੜ੍ਹੀ ਲਿਖੀ ਔਰਤ ਨੇ ਆਪਣੇ ਜੀਵਨ ਦੀ ਹਰ ਪਲ ਮਿਟਦੀ ਸੰਜੀਵਨੀ ਨਾਲ ਦੂਜਿਆਂ ਦੇ ਜੀਵਨ ਵਿੱਚ ਨਵੇਂ ਪ੍ਰਕਾਸ਼ ਦੀਆਂ ਕਿਰਨਾਂ ਦਾ ਮਾਰਗ ਖੋਲ੍ਹ ਦਿੱਤਾ। ਉਸਦੀ ਮਾਨਵਤਾ ਦੇ ਪ੍ਰਤੀ ਸਮਰਪਣ ਦੇ ਲਈ ਉਸਨੂੰ ਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਸ ਦੀ ਰਾਸ਼ੀ ਨਾਲ ਰਮਾ ਨੇ ਗਰੀਬ ਬੱਚਿਆਂ ਦੇ ਲਈ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ ਜਿਸ ਵਿੱਚ ਗਰੀਬ ਬੱਚਿਆਂ ਨੂੰ
ਫ੍ਰੀ ਸਿੱਖਿਆ ਦਿੱਤੀ ਜਾਂਦੀ ਸੀ। ਇੱਕ ਦਿਨ ਅਜੇ ਨੇ ਰਮਾ ਨੂੰ ਖਬਰ ਦਿੱਤੀ ਕਿ ਉਸਦੇ ਬੇਟੇ ਦਾ ਵਿਆਹ ਹੋ ਚੁੱਕਿਆ। ਸੁਣ ਕੇ ਰਮਾ ਨੂੰ ਥੋੜ੍ਹਾ ਸਦਮਾ ਤਾਂ ਲੱਗਿਆ, ਕਿਉਂਕਿ ਉਹ ਮਾਂ ਸੀ ਅਤੇ ਹਰ ਮਾਂ ਦੇ ਵਾਂਗ ਆਪਣੇ ਪੁੱਤਰ ਦੇ ਸਿਰ 'ਤੇ ਸਜੇ ਹੋਏ ਸਿਹਰੇ ਵਿੱਚ ਪੁੱਤਰ ਦੇ ਮੱਥੇ ਨੂੰ ਉਹ ਚੁੰਮਣਾ ਚਾਹੁੰਦੀ ਸੀ। ਪਰ ਦੂਜੇ ਹੀ ਪਲ ਉਹ ਇੱਕਦਮ ਨੋਰਮਲ ਹੋ ਗਈ। ਹੁਣ ਉਸਦਾ ਪਰਿਵਾਰ ਬਹੁਤ ਵਿਸ਼ਾਲ ਹੋ ਚੁੱਕਿਆ ਸੀ, ਜਿਸ ਦੇ ਹਰ ਮੈਂਬਰ ਦਾ ਧਿਆਨ ਰੱਖਣਾ ਉਸਦਾ ਪਹਿਲਾ ਫਰਜ਼ ਸੀ। ਕੁਝ ਦਿਨਾਂ ਬਾਅਦ ਜਦੋਂ ਨੀਰਜ ਦੇ ਵਿਆਹ ਦੇ ਬਾਰੇ ਗੱਲਾਂ ਹੋਣ ਲੱਗੀਆਂ ਤਾਂ ਨੀਰਜ ਨੇ ਲੜਕੀ ਪਸੰਦ ਕਰਨ ਦਾ ਹੱਕ ਆਪਣੀ ਭੂਆ ਨੂੰ ਦਿੱਤਾ। ਉਸ ਸਮੇਂ ਰਮਾ ਨੂੰ ਲੱਗਿਆ ਕਿ ਕੇਵਲ ਜਨਮ ਦੇਣ ਦੇ ਨਾਲ ਹੀ ਰਿਸ਼ਤੇ ਨਹੀਂ ਬਣਦੇ, ਸਗੋਂ ਪਿਆਰ ਅਤੇ ਆਪਣੇਪਨ ਨਾਲ ਬਣਦੇ ਹਨ। ਉਸ ਦਿਨ ਤੋਂ ਉਸਦੇ ਦਿਲ ਵਿੱਚ ਜੋ ਦਿਨੇਸ਼ ਦੀ ਯਾਦ ਸੀ ਉਹ ਵੀ ਹਮੇਸ਼ਾ ਦੇ ਲਈ ਮਿਟ ਗਈ। ਇੱਕ ਸੁੰਦਰ ਸੁਸ਼ੀਲ ਕੰਨਿਆ ਨਾਲ ਨੀਰਜ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਸੀ ਰਮਾ ਨੇ। ਰਮਾ ਨੇ ਆਪਣਾ ਸਾਰਾ ਧਨ ਜ਼ਰੂਰਤਮੰਦਾਂ 'ਤੇ ਖਰਚ ਕੀਤਾ। ਉਹ ਖੁਦ ਤਾਂ ਖਾਦੀ ਦੇ ਸਾਦੇ ਕੱਪੜੇ ਹੀ ਪਾਉਂਦੀ ਸੀ, ਕਦੇ ਪੈਸਿਆਂ ਦੀ ਲੋੜ ਉਸਨੂੰ ਮਹਿਸੂਸ ਨਹੀਂ ਸੀ ਹੋਈ। ਇੱਕ ਦਿਨ ਰਮਾ ਨੂੰ ਪਤਾ ਲੱਗਾ ਕਿ ਉਸਦੀ ਸਮਾਜ ਵਿੱਚ ਬਣੀ ਹੋਈ ਇੱਜ਼ਤ ਦਾ ਗਲਤ ਫਾਇਦਾ ਉਸਦੇ ਪਤੀ ਅਤੇ ਪੁੱਤਰ ਦੁਆਰਾ ਚੱਕਿਆ ਜਾ ਰਿਹਾ ਹੈ। ਕੰਮ ਕਰਵਾਉਣ ਦੇ ਨਾਂ 'ਤੇ ਉਹ ਦੋਨੇ ਲੋਕਾਂ ਕੋਲੋਂ ਪੈਸੇ ਵਸੂਲ ਰਹੇ ਹਨ। 20 ਸਾਲਾਂ ਤੋਂ ਉਸਨੇ ਜੋ ਇਮਾਨਦਾਰੀ ਦਾ ਝੰਡਾ ਲਹਿਰਾਇਆ ਸੀ, ਅੱਜ ਉਸ 'ਤੇ ਉਸਦੇ ਪਤੀ ਅਤੇ ਪੁੱਤਰ ਨੇ ਕਾਲਖ ਲਗਾ ਦਿੱਤੀ ਸੀ। ਇਹ ਸਭ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਜਿਨ੍ਹਾਂ ਨੇ ਉਸਨੂੰ ਦੁੱਖਾਂ ਵਿੱਚ ਇਕੱਲੇ ਧੱਕੇ ਖਾਣ ਲਈ ਛੱਡ ਦਿੱਤਾ ਸੀ ਅਤੇ ਕਦੇ ਮੁੜ ਕੇ ਨਹੀਂ ਦੇਖਿਆ, ਉਹਨਾਂ ਨੂੰ ਅੱਜ ਉਸਦੇ ਨਾਮ ਦੀ ਲੋੜ ਕਿਉਂ ਪੈਣ ਲੱਗੀ? ਨਹੀਂ, ਹੁਣ ਮੈਂ ਹੋਰ ਸਹਿਣ ਨਹੀਂ ਕਰਾਂਗੀ। ਜਿਨ੍ਹਾਂ ਲੋਕਾਂ ਨਾਲ ਮੇਰਾ ਕੋਈ ਰਿਸ਼ਤਾ ਹੀ ਨਹੀਂ, ਉਹਨਾਂ ਨੂੰ ਮੈਂ ਅੱਗੇ ਨਹੀਂ ਵਧਣ ਦੇਵਾਂਗੀ। ਮਨ ਹੀ ਮਨ ਰਮਾ ਦੇਵੀ ਨੇ ਪ੍ਰਣ ਕਰ ਲਿਆ। ਪੂਰੀ ਰਾਤ ਰਮਾ ਦੇਵੀ ਸੋਚਦੀ ਰਹੀ। ਇਹ ਸੰਸਾਰ ਦਾ ਵਿਧਾਤਾ ਉਸਨੂੰ ਇਸ ਪਰੇਸ਼ਾਨੀ ਨਾਲ ਨਿਪਟਣ ਦਾ ਕੋਈ ਨਾ ਕੋਈ ਰਾਹ ਜ਼ਰੂਰ ਦੱਸੇਗਾ। 5 ਘੰਟੇ ਬਾਅਦ ਜਦੋਂ ਰਮਾ ਦੇਵੀ ਨੇ ਆਪਣੀਆਂ ਅੱਖਾਂ ਖੁੱਲ੍ਹੀਆਂ ਤਾਂ ਉਸਦੀਆਂ ਬਜ਼ੁਰਗ ਅੱਖਾਂ ਚਮਕ ਰਹੀਆਂ ਸਨ। ਉਸਨੂੰ ਆਪਣੀ ਪਰੇਸ਼ਾਨੀ ਦਾ ਹੱਲ ਮਿਲ ਗਿਆ ਸੀ। ਹੁਣ ਉਹ ਜਦੋਂ ਤੱਕ ਜਿਉਂਦੀ ਹੈ ਕਮਜ਼ੋਰ ਨਹੀਂ ਪਵੇਗੀ। ਪਿਆਸ ਲੱਗਣ ਕਾਰਨ ਜਦੋਂ ਗਲਾ ਬੁਰੀ ਤਰ੍ਹਾਂ ਸੁੱਕਣ ਲੱਗਾ ਤਾਂ ਰਮਾ ਦੇਵੀ ਦੀ ਨੀਂਦ ਖੁੱਲ੍ਹ ਗਈ। ਘੜੀ ਵੱਲ ਦੇਖਿਆ ਤਾਂ ਸਵੇਰ ਦੇ 5 ਵੱਜ ਰਹੇ ਸੀ। ਰੋਜ਼ ਵਾਂਗ ਉਸਨੇ ਉੱਠ ਕੇ ਬੂਟਿਆਂ ਨੂੰ ਪਾਣੀ ਦਿੱਤਾ, ਫਿਰ ਇਸ਼ਨਾਨ ਕਰਕੇ ਪੂਜਾ ਪਾਠ ਕਰਨ ਚਲੀ ਗਈ, ਫਿਰ ਬਾਲ ਘਰ ਜਾ ਕੇ ਬੱਚਿਆਂ ਨੂੰ ਦੇਖਿਆ। ਬੱਚਿਆਂ ਨੂੰ ਪ੍ਰੋਗਰਾਮ ਵਿੱਚ ਆਉਣ ਦਾ ਕਹਿ ਕੇ ਉਹ ਘਰ ਵਾਪਸ ਆ ਗਈ। 7 ਵੱਜ ਚੁੱਕੇ ਸੀ ਅਤੇ ਅਰੁਣਾ ਉਸਦਾ ਇੰਤਜ਼ਾਰ ਕਰ ਰਹੀ ਸੀ। ਦੋਨਾਂ ਨੇ ਮਿਲ ਕੇ ਪ੍ਰੋਗਰਾਮ 'ਤੇ ਚਰਚਾ ਕੀਤੀ, ਫਿਰ ਭਵਿੱਖ ਦੀਆਂ ਯੋਜਨਾਵਾਂ 'ਤੇ ਵਿਚਾਰ ਚਰਚਾ ਹੋਈ। ਰਮਾ ਦੇਵੀ ਆਪਣੀ ਵਸੀਅਤ ਬਣਵਾਉਣਾ ਚਾਹੁੰਦੀ ਸੀ ਤਾਂ ਅਰੁਣਾ ਨੇ ਚੰਗੇ ਵਕੀਲ ਤੋਂ ਸਲਾਹ ਲੈਣ ਲਈ ਕਿਹਾ। ਕੁਝ ਦੇਰ ਬਾਅਦ ਉਸਨੇ ਅਰੁਣਾ ਨੂੰ ਪ੍ਰੋਗਰਾਮ ਸਥਾਨ 'ਤੇ ਕੰਮਾਂ ਦਾ ਨਿਰੀਖਣ ਕਰਨ ਲਈ ਭੇਜ ਦਿੱਤਾ। ਠੀਕ ਸਮੇਂ 'ਤੇ ਰਮਾ ਦੇਵੀ ਪਾਰਕ ਵਿੱਚ ਜਾ ਪਹੁੰਚੀ। ਉਸਨੂੰ ਦੇਖਦੇ ਹੀ ਸਾਰੇ ਲੋਕ ਖੜ੍ਹੇ ਹੋ ਕੇ ਉਸਦਾ ਸਤਿਕਾਰ ਕਰਨ ਲੱਗੇ। ਉਹ ਵੀ ਸਭ ਦਾ ਹਾਲ ਚਾਲ ਪੁੱਛ ਰਹੀ ਸੀ। ਚਿੱਟੇ ਕੱਪੜਿਆਂ ਵਿੱਚ ਰਮਾ ਦੇਵੀ ਕਿਸੇ ਰੱਬੀ ਰੂਹ ਤੋਂ ਘੱਟ ਨਹੀਂ ਸੀ ਲੱਗ ਰਹੀ। ਅਰੁਣਾ ਨੇ ਪੁੱਛਿਆ, ਇੰਨੇ ਚਿੱਟੇ ਕੱਪੜੇ ਕਿਉਂ? ਰਮਾ ਦੇਵੀ ਉੱਤਰ ਦੇਣ ਹੀ ਲੱਗੀ ਸੀ, ਇੰਨੇ ਵਿੱਚ ਪੰਡਿਤ ਜੀ ਆ ਗਏ। ਪ੍ਰੋਗਰਾਮ ਸਥਾਨ 'ਤੇ ਇੱਕ ਮੰਚ ਵੀ ਬਣਿਆ ਹੋਇਆ ਸੀ, ਜਿਸ 'ਤੇ ਹਵਨ ਕੁੰਡ ਬਣਾਇਆ ਹੋਇਆ ਸੀ। ਰਮਾ ਦੇਵੀ ਨੇ ਪੰਡਿਤ ਜੀ ਨੂੰ ਹੱਥ ਜੋੜ ਕੇ ਸਤਿਕਾਰ ਦਿੱਤਾ
ਤੇ ਮੰਚ ਤੇ ਜਾਣ ਲਈ ਪ੍ਰਾਰਥਨਾ ਕੀਤੀ। ਸ਼ਸ਼ੀ ਭੂਸ਼ਣ ਤੇ ਦਿਨੇਸ਼ ਵੀ ਆ ਕੇ ਇੱਕ ਜਗ੍ਹਾ ਬੈਠ ਗਏ। ਪੰਡਿਤ ਜੀ ਜਦੋਂ ਪੂਜਾ ਸ਼ੁਰੂ ਕਰਨ ਲੱਗੇ ਤਾਂ ਰਮਾ ਦੇਵੀ ਅਚਾਨਕ ਖੜ੍ਹੀ ਹੋ ਗਈ ਤੇ ਉਸਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਭ ਦੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਮੇਰੇ ਲਈ ਵਕਤ ਕੱਢਿਆ। ਇਸ ਪ੍ਰੋਗਰਾਮ ਨੂੰ ਲੈ ਕੇ ਸਭ ਦੇ ਮਨ ਵਿੱਚ ਭਰਮ ਬਣਿਆ ਹੋਇਆ, ਪਰ ਮੈਂ ਸਾਰੀ ਗੱਲ ਤੁਹਾਡੇ ਸਭ ਨਾਲ ਕਰਨਾ ਚਾਹੁੰਦੀ ਹਾਂ। ਅੱਜ ਨਾ ਤਾਂ ਮੇਰਾ ਜਨਮਦਿਨ ਹੈ, ਨਾ ਹੀ ਕਿਸੇ ਬਿਲਡਿੰਗ ਦਾ ਉਦਘਾਟਨ। ਮੇਰਾ ਜੋ ਕੁਝ ਵੀ ਹੈ ਉਹ ਤਾਂ ਸਭ ਤੁਹਾਡਾ ਹੀ ਹੈ। ਹੁਣ ਮੇਰੇ ਲਈ ਮਨੁੱਖਤਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈ, ਪਰ ਕੁਝ ਭੁੱਲੀਆਂ ਵਿਸਰੀਆਂ ਯਾਦਾਂ ਨੇ ਮੇਰੇ ਜੀਵਨ ਵਿੱਚ ਉਥਲ ਪੁਥਲ ਮਚਾ ਦਿੱਤੀ ਹੈ, ਜਿਸ ਦੇ ਕਾਰਨ ਮੈਨੂੰ ਬਹੁਤ ਹੀ ਦੁੱਖ ਪਹੁੰਚਿਆ ਹੈ। ਅੱਜ ਇਸ ਪੀੜ ਦਾ ਮੈਂ ਅੰਤ ਕਰ ਰਹੀ ਹਾਂ, ਜਿਸ ਦੇ ਗਵਾਹ ਅੱਜ ਸਭ ਤੁਸੀਂ ਬਣੋਗੇ। ਅਜਿਹੇ ਰਿਸ਼ਤਿਆਂ ਦਾ ਵਿਸਰਜਨ ਕਰਨ ਦੇ ਲਈ ਪਿੱਤਰ ਪੱਖ ਤੋਂ ਚੰਗਾ ਮੌਕਾ ਕਿਹੜਾ ਹੋ ਸਕਦਾ। ਅੱਜ ਮੈਂ ਆਪਣੇ ਪਤੀ ਤੇ ਪੁੱਤਰ ਦੇ ਰਿਸ਼ਤੇ ਦਾ ਤਿਆਗ ਕਰਦੀ ਹਾਂ। ਇੰਨਾ ਕਹਿ ਕੇ ਰਮਾ ਦੇਵੀ ਪੂਜਾ ਵਿੱਚ ਭਾਗ ਲੈਣ ਲੱਗੀ ਤਾਂ ਉੱਥੇ ਮੌਜੂਦ ਲੋਕ ਉਸਦੀ ਪ੍ਰਸ਼ੰਸਾ ਕਰਨ ਲੱਗੇ। ਜਿਵੇਂ ਹੀ ਪੂਜਾ ਖਤਮ ਹੋਈ, ਲੋਕ ਭੋਜਨ ਦਾ ਆਨੰਦ ਲੈਣ ਲੱਗੇ, ਸਿਰਫ ਦੋ ਲੋਕਾਂ ਤੋਂ ਬਿਨਾਂ, ਜੋ ਗੁੱਸੇ ਵਿੱਚ ਰਮਾ ਦੇਵੀ ਨੂੰ ਕੋਸਦੇ ਹੋਏ ਪ੍ਰੋਗਰਾਮ ਸਥਾਨ ਤੋਂ ਬਾਹਰ ਚਲੇ ਗਏ। ਅੱਜ ਰਮਾ ਦੇਵੀ ਬੇਮਤਲਬ ਦੇ ਰਿਸ਼ਤਿਆਂ ਦੇ ਬੋਝ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਮੁਕਤੀ ਪਾ ਚੁੱਕੀ ਸੀ। ਉਸਦੀ ਆਜ਼ਾਦੀ ਦੇ ਪਲਾਂ ਵਿੱਚ ਉਸਦੀ ਖੁਸ਼ੀ ਵੰਡਣ ਦੇ ਲਈ ਅਰੁਣਾ ਉਸਦੇ ਨਾਲ ਸੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਰਮਾ ਦੇਵੀ ਦਾ ਇਹ ਫੈਸਲਾ ਬੇਹੱਦ ਚੰਗਾ ਲੱਗਾ ਹੋਵੇਗਾ, ਕਿਉਂਕਿ ਅਜਿਹੇ ਰਿਸ਼ਤਿਆਂ ਦਾ ਬੋਝ ਢੋਣਾ ਕੋਈ ਅਕਲਮੰਦੀ ਨਹੀਂ। ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਚੰਗੀ ਲੱਗੀ ਕਹਾਣੀ ਲਾਈਕ ਕਰਕੇ ਜ਼ਰੂਰ ਦੱਸਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਜੇਕਰ ਪਹਿਲੀ ਵਾਰ ਸੁਣ ਰਹੇ ਹੋ ਤਾਂ। ਮਿਲਦੇ ਹਾਂ ਕਿਸੇ ਹੋਰ ਇਹੋ ਜਿਹੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੇ ਨਾਲ। ਤਦ ਤੱਕ ਤੁਸੀਂ ਬਾਕੀ ਕਹਾਣੀਆਂ ਦਾ ਆਨੰਦ ਜ਼ਰੂਰ ਲੈਂਦੇ ਰਹੋ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ।